ਸਤਿ ਸ਼੍ਰੀ ਅਕਾਲ, ਮੈਂ ਸੁਖਮੰਦਰ ਕੌਰ ਲੈ ਕੇ ਹਾਜ਼ਰ ਹਾਂ ਇੱਕ ਵੱਡੀ ਖਬਰ। ਤੁਸੀਂ ਸੁਣ ਰਹੇ ਹੋ ਆਜ਼ ਨਿਊਜ਼ ਵਾਲਾ। ਚੋਣ ਕਮਿਸ਼ਨ ਵੱਲੋਂ ਸਨੀ ਦਿਓਲ ਨੂੰ ਵੱਡੀ ਰਾਹਤ। ਸਨੀ ਦਿਓਲ ਆਪਣੇ ਅਸਲ ਨਾਂ ਅਜੇ ਸਿੰਘ ਧਰਮਿੰਦਰ ਦਿਓਲ ਨਾਲ ਨਹੀਂ ਬਲਕਿ ਸਿਨੇਮਾ ਵਾਲੇ ਸਨੀ ਦਿਓਲ ਤੋਂ ਹੀ ਚੋਣ ਲੜ ਸਕਦੇ ਹਨ। ਚੋਣ ਕਮਿਸ਼ਨ ਨੇ ਇਲੈਕਟ੍ਰੋਨਿਕਲ ਵੋਟਿੰਗ ਮਸ਼ੀਨ ਤੇ ਉਹਨਾਂ ਦਾ ਮਕਬੂਲ ਨਾਂ ਸਨੀ ਦਿਓਲ ਹੀ ਛਾਪਿਆ ਹੈ। ਇਹ ਸਨੀ ਲਈ ਕਾਫੀ ਰਾਹਤ ਵਾਲੀ ਖਬਰ ਹੈ। ਸਨੀ ਨੇ ਅਜੇ ਸਿੰਘ ਧਰਮਿੰਦਰ ਦਿਓਲ ਦੇ ਨਾਮ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਅਜਿਹੇ ਵਿੱਚ ਸਮਝਿਆ ਜਾ ਰਿਹਾ ਸੀ ਕਿ ਈਵੀਐਮ ਤੇ ਉਹਨਾਂ ਦਾ ਅਸਲ ਨਾਮ ਭਾਵ ਨਾਮਜ਼ਦਗੀ ਪੱਤਰ ਚ ਦਰਸਾਇਆ ਨਾ ਹੀ ਲਿਖਿਆ ਜਾਵੇਗਾ, ਪਰ ਚੋਣ ਕਮਿਸ਼ਨ ਨੇ ਭਾਰਤੀ ਜਨਤਾ ਪਾਰਟੀ ਦੀ ਗੱਲ ਮੰਨ ਲਈ ਜਾਪਦੀ ਹੈ ਤੇ ਸਨੀ ਨੂੰ ਰਾਹਤ ਦੇ ਦਿੱਤੀ ਹੈ। ਨਿਯਮਾਂ ਮੁਤਾਬਕ ਈਵੀਐਮ ਤੇ ਸਨੀ ਦਿਓਲ ਦੀ ਤਸਵੀਰ ਤੇ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਵੀ ਦਰਸਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਜੇਪੀ ਲੀਡਰਾਂ ਨੂੰ ਲੱਗਦਾ ਸੀ ਕਿ ਕਿਤੇ ਵੋਟਰਾਂ ਨੂੰ ਸਨੀ ਦੇ ਨਾਂ ਬਾਰੇ ਭੁਲੇਖਾ ਨਾ ਪੈ ਜਾਵੇ, ਇਸ ਲਈ ਬੀਜੇਪੀ ਵੋਟਿੰਗ ਮਸ਼ੀਨਾਂ ਤੇ ਸਨੀ ਦਿਓਲ ਲਿਖਵਾਉਣਾ ਚਾਹੁੰਦੀ ਸੀ। ਇਸ ਕੰਮ ਲਈ ਪਾਰਟੀ ਨੇ ਚੋਣ ਕਮਿਸ਼ਨ ਨਾਲ ਸੰਪਰਕ ਕਰ ਕਿਹਾ ਸੀ ਕਿ ਈਵੀਐਮ ਤੇ ਅਜੇ ਸਿੰਘ ਧਰਮਿੰਦਰ ਦਿਓਲ ਦੀ ਥਾਂ ਸਨੀ ਦਿਓਲ ਲਿਖਿਆ ਜਾਵੇ। ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਨਵੀਆਂ ਤੇ ਤਾਜ਼ਾ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸੁਣਦੇ ਰਹੋ ਆਜ਼ ਨਿਊਜ਼ ਵਾਲਾ .com।